ਸਰ ਮੈਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਘਰ ਵਿੱਚ ਪਾਣੀ ਇਸਤੇਮਾਲ ਕਰਦੇ ਹੈਗੇ ਜੇ ਉਹ ਕਿੱਥੋਂ ਲਿਆਉਂਦੇ ਜੀ ਜਾਂ ਕਿਵੇਂ ਆਉਂਦਾ ਹੈਗਾ? ਸਾਡੇ ਘਰ ਤਾਂ ਨਹੀਂ ਸਾਫ਼ ਪਾਣੀ ਆਉਂਦਾ, ਜਿਹੜਾ ਆਉਂਦਾ ਉਹੀ ਇਸਤੇਮਾਲ ਹੁੰਦਾ, ਲੇਕਿਨ ਪੀਣ ਵਾਸਤੇ ਅਸੀਂ ਜਿਹੜਾ ਨਾ ਉੱਥੇ ਟੂਬਲ ਲੱਗੇ ਨੇ ਉੱਥੋਂ ਭਰ ਕੇ ਲਈਦਾ ਲੈਦਾ, ਜਿਹੜਾ ਘਰ ਕੱਪੜੇ ਧੋਣੇ ਬਰਤਨ ਧੋਣੇ ਉਹ ਜਿਹੜਾ ਪਾਣੀ ਆਉਂਦਾ ਉਹਦੇ ਨਾਲ ਸਾਰਾ ਕੁਛ ਹੁੰਦਾ। ਬਾਕੀ ਪੀਣ ਵਾਸਤੇ ਪਾਣੀ ਇੱਕ ਲੈਦਾ ਬੋਤਲਾਂ ਰੱਖੀਆਂ ਨੇ, ਉਹ ਭਰ ਕੇ ਲਿਆਈ ਦੀਆਂ, ਖਤਮ ਹੋ ਜਾਂਦੀ ਸੁਬਾਹ ਨੂੰ ਫਿਰ ਲਿਆਈ ਦੀ। ਸਾਡੇ ਇਲਾਕੇ 'ਚ ਫਿਲਟਰ ਇਸ ਗੱਲੋਂ ਲੱਗੇ ਨੇ ਕਿ ਉਹ ਪਾਣੀ ਜਿਹੜਾ ਸੀ ਨਾ ਉਹ ਜਿਹੜਾ ਨਲਕੇ ਦਾ ਆਉਂਦਾ ਨਾ ਉਹ ਗਟਰਾਂ ਦੇ ਵਿੱਚ ਮਿਕਸ ਹੋਣ ਲੱਗ ਪਿਆ ਸੀ, ਅਤੇ ਉਹਦੀ ਵਜ੍ਹਾ ਨਾਲ ਫਿਰ ਹਕੂਮਤ ਨੇ ਇੱਕ ਲਾਈਨ ਨਵੀਂ ਪਾਈ, ਉਸ ਤੋਂ ਬਾਅਦ ਟੂਵੈਲ ਬਣਾਏ ਨਵੇਂ, ਫਿਲਟਰ ਬਣਾਏ। ਉਹਨਾਂ ਨੇ ਕਿਹਾ ਜੀ ਜਿੰਨੇ ਪਾਣੀ ਅੱਛਾ ਪੀਣਾ ਫਿਲਟਰ 'ਚ ਭਰ ਲਵੇ, ਜੇ ਨਲਕੇ ਦਾ ਪੀਣਾ ਨਲਕੇ 'ਚ ਭਰ ਲਵੇ। ਸਰ ਪਹਿਲੇ ਤਾਂ ਅਸੀਂ ਦੇਸੀ ਲੋਕ ਹਾਂ, ਕਾਲਜ ਜਿਹੜਾ ਨਾ ਆਪਣੇ ਸਿੰਧ ਸਾਈਡ ਉੱਥੇ ਤਾਂ ਅਸੀਂ ਨਲਕੇ ਦਾ ਜਾਂ ਕੂਏ ਦਾ ਇਸਤੇਮਾਲ ਕਰਦੇ ਸਾਂ, ਅਜੇ ਤੱਕ ਵੀ ਸਾਡੇ ਨਲਕੇ ਦਾ ਹੀ ਇਸਤੇਮਾਲ ਹੁੰਦਾ, ਜਾਂ ਟੂਵੈਲ ਵਗੈਰਾ ਲਾਏ ਨੇ ਉਹ ਭਰ ਸੜੀ ਦੇ ਉਹਦੇ ਪੀਂਦੇ ਨੇ ਮਟਕੇ 'ਚ, ਕਿਉਂਕਿ ਸਾਡੇ ਕੋਲ ਫਰਿੱਜਾਂ ਕੂਲਰ ਬਹੁਤ ਘੱਟ ਨੇ, ਉਹ ਜ਼ਿਆਦਾ ਨਲਕੇ ਦਾ ਇਸਤੇਮਾਲ ਕਰਦੇ ਜਾਂ ਕੱਚਾ ਮਿੱਟੀ ਦਾ ਜਿਹੜਾ ਮਟਕਾ ਜਾਂ ਪਾ ਛੜੇ ਨੇ ਉਹ ਅਸੀਂ ਇਸਤੇਮਾਲ ਕਰਦੇ ਰਹਿੰਦੇ ਹਾਂ। ਜ਼ਮੀਨ ਦਾ ਯਾਨੀ ਕਿ ਪਾਣੀ ਸਾਰੇ ਇਸਤੇਮਾਲ ਕਰੀ, ਤਾਲਾ ਦੇਖ ਲੈਂਦੇ ਹਾਂ ਜੇ ਉਹ ਪੀਂਦੇ ਹਾਂ ਅਤੇ ਉਹ ਕੈਸਾ, ਜਿਹੜਾ ਤੁਸੀਂ ਪਿਲਾਓਗੇ ਕੌਂਪੀ ਦਾ ਪਾਣੀ ਪੈਕ ਹੋਇਆ ਉਹ ਪੀ ਕੇ ਵੇਖ ਲੈਂਦੇ ਜੀ। ਇਹ ਜੀ ਪਾਣੀ ਇਹ ਬਾਹਰੋਂ ਆਇਆ ਜੀ, ਇਹ ਜਿਹ 'ਤੇ ਇਹ ਬਣਿਆ ਹੋਵੇ ਨਾ ਲਾਈਨਾਂ ਲਾਈਨਾਂ ਜਿਹੀਆਂ ਇਹ ਕਾਲੀਆਂ ਚਿੱਟੀਆਂ, ਇਹ ਪਾਣੀ ਇਹ ਉਹ ਚੀਜ਼ ਬਾਹਰੋਂ ਆਈ ਹੁੰਦੀ ਹੈ, ਇਹ ਪਾਣੀ ਲੱਗਦਾ ਫਿਰ ਬਾਹਰੋਂ ਹੀ ਆਇਆ ਜਿਹੜਾ ਐਡਾ ਪੈਕ ਕਰਕੇ ਭੇਜਿਆ ਵੀ ਰਾਹ 'ਚ ਡੁੱਲ ਵੀ ਨਾ ਜਾਏ, ਅਤੇ ਉਹਨਾਂ ਨੇ ਉੱਥੇ ਢੱਕਣ ਵੀ ਬੜਾ ਪਿਆਰਾ ਲਾਇਆ, ਇਹ ਲੱਗਦਾ ਕਰੋਨਾ ਕੋਲ ਡਰੇ ਨੇ ਪਾਣੀ ਪੀਣ ਵਾਸਤੇ। ਯਾਰ ਕਿੱਡੀ ਸੋਹਣੀ ਬੋਤਲ ਹੈ, ਕਮਾਲ ਹੋਈ, ਵਾਹ ਜੀ ਵਾਹ, ਇਹ ਤਾਂ ਬੜੀ ਮਹਿੰਗੀ ਬੋਤਲ ਹੋਈ ਨੇ ਆਪ। 150 ਰੁਪਏ ਇੱਕ ਬੋਤਲ, ਬੰਦਾ ਜੇ ਸਾਰੀ ਦਿਹਾੜੀ ਜਿਹੜੀ ਮਿਹਨਤ ਕਰਨੀ ਉਹ ਪਾਣੀ ਪੀ ਕੇ ਬਸ ਪੂਰਾ ਹੋ ਜਾਏਗਾ। ਬੜੀ ਗੱਲ ਹੈਗੀ ਜੀ ਨਾ, ਵੈਸੇ ਅਸੀਂ ਟੂਟੀਆਂ ਕੂਦਲਾਂ ਤਾਂ ਬੋਤਲੇ ਕਹਿ ਕੱਚ ਦੀ, ਜਿਵੇਂ ਇਹ ਪਾਣੀ ਜਿਵੇਂ ਲੰਬਾ ਵੀ ਸ਼ਰਾਬ ਸ਼ਰੂਬ ਵੀ ਪੈਕ ਹੋ ਗਿਆ ਜੀ। 150 ਰੁਪਏ ਜੀ, 150 ਰੁਪਏ ਜੀ, ਬੰਦਾ ਦੋ ਬੰਦੇ ਰੋਟੀਆਂ ਖਾ ਸਕਦੇ ਨੇ, ਅਤੇ ਇਹ 150 ਰੁਪਏ ਦਾ ਪਾਣੀ ਹੈ, ਅਸੀਂ ਲੋਕ ਆਪਣਾ ਗਰੀਬ ਆਦਮੀ ਤੈਨੂੰ ਦੀ ਪਹੁੰਚ ਤੋਂ ਦੂਰ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਥੋੜ੍ਹਾ ਜਿਹਾ ਪੀਵਾਂਗਾ ਭਾਅ ਜੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਇਹ ਤਾਂ ਅਜੀਬੋ ਗਰੀਬ ਹੀ ਪਾਣੀ ਹੈ, ਅਸੀਂ ਤਾਂ ਜਿਹੜਾ ਪਾਣੀ ਪੀਂਦੇ ਹਾਂ ਉਹ ਤਾਂ ਇੱਕ ਆਮ ਇੱਕ ਸਾਦਾ ਜਿਹਾ ਪਾਣੀ ਹੈ, ਅਤੇ ਇਹ ਤਾਂ ਇੰਝ ਲੱਗਦਾ ਜਿਵੇਂ ਘੁਲਕੀਆਂ ਜਿਹੀਆਂ ਮਿਰਚਾਂ ਵੀ ਨੇ, ਗੈਸ ਵੀ ਹੈ ਅਤੇ ਪਾਣੀ ਵੀ ਹੈ, ਇਹਨੂੰ ਹੁਣ ਕੀ ਇਹਨੂੰ ਪਾਣੀ ਕਹੀਏ, ਅਜੇ ਵੀ ਪਾਣੀ ਹੀ ਹੈ। ਇਹ ਤਾਂ ਜਨਾਬ ਗੈਸ ਦਾ ਪਾਣੀ ਹੈਗਾ, ਇਹ ਕਿਹੋ ਜਿਹਾ ਪਾਣੀ ਜਨਾਬ? ਪਾਣੀ ਪੀਣ ਵਾਲਾ ਇਹ ਤਾਂ ਕੌੜਾ ਪਾਣੀ ਹੈ ਜੀ, ਉਹ ਤਾਂ ਮਿੱਠਾ ਪਾਣੀ ਜਿਹੜਾ ਅਸੀਂ ਪੀਂਦੇ ਹਾਂ, ਇਹ ਤਾਂ ਪਤਾ ਨਹੀਂ ਕਿਹੜੇ ਸਹਿਰਾ ਤੋਂ ਜਾਂ ਦਰਿਆ ਤੋਂ ਭਰ ਕੇ ਲਿਆਉਂਦਾ ਗਿਆ, ਕਿਸੇ ਜਿੰਨਾਤ ਨੇ ਤਾਂ ਨਹੀਂ ਭਰਿਆ। ਸਾਡੇ ਨਾ ਜਿਹੜੇ
ਪੁਰਾਣੇ ਪੈਪ ਪਏ ਨੇ ਨਾ ਪੁਰਾਣੇ ਜ਼ਮਾਨੇ ਦੇ, ਉਹਨਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਦਾ ਆਉਂਦਾ ਜਿਹਦਾ ਖੱਟਾ ਖੱਟਾ ਇਹੋ ਜਿਹਾ ਕੌੜਾ ਕੌੜਾ ਜ਼ਾਇਕਾ। ਅਸੀਂ ਸਮਝਦੇ ਖਰਾਬ ਪਾਣੀ ਅਸੀਂ ਨਹੀਂ ਪੀਂਦੇ ਅਤੇ ਸਾਨੂੰ ਗੌਰਮੈਂਟ ਨੇ ਫਿਲਟਰ ਲਵਾ ਦੇ ਕੇ ਉੱਥੋਂ ਪੀਆ ਕਰੋ, ਅਤੇ ਉਹ ਤਾਂ ਪਾਣੀ ਬੜਾ ਮਿੱਠਾ ਜਿਹੜਾ ਦਿੰਦੇ ਨੇ ਇਹਦਾ ਕੌੜਾ ਪਾਣੀ। ਇਹ ਤਾਂ ਅਕਸਰ ਬੋਤਲਾਂ ਅਸੀਂ ਵੇਖੀਆਂ ਸਟੋਰਾਂ 'ਤੇ ਲੋਕਾਂ ਨੇ ਰੱਖੀਆਂ, ਲੇਕਿਨ ਇਹ ਜਿਹੜੀ ਬੋਤਲ ਹੈ ਮੈਂ ਪਹਿਲੀ ਦਫ਼ਾ ਦੇਖੀ ਜਿਹੜੀ ਤੁਸੀਂ ਪਹਿਲਾਂ ਬੁਲਾਈ ਮੈਨੂੰ ਸ਼ੀਸ਼ੇ ਦੀ, ਇਹ ਤਾਂ ਅਕਸਰ ਦੇਖਿਆ, ਇਹਦਾ ਵੀ ਮੈਂ ਜ਼ਾਇਕਾ ਚੈੱਕ ਕਰਦਾ। ਅਤੇ ਸ਼ਾਦੀ ਵਿਆਹਾਂ ਦੇ ਵਿੱਚ ਵੀ ਇੱਕ ਇੱਕ ਬੋਤਲ ਇੱਕ ਇੱਕ ਬੰਦੇ ਨੂੰ ਦੇ ਦਿੰਦੇ, ਗਲਾਸ ਗਲੂਸ ਸਾਰਾ ਚੱਕਰ ਖਤਮ ਹੀ ਉਹ ਕਰਤਾ ਉਹਨਾਂ। ਸਾਡਾ ਵੀ ਮੁਲਕ ਤਰੱਕੀ ਕਰ ਰਿਹਾ ਆਸਤਾ ਆਸਤਾ। ਗੱਲ ਹੈਗੀ ਘਰ ਦੇ ਪਾਣੀ ਨਾਲੋਂ ਇਹਦੇ 'ਚ ਵੀ ਫਰਕ ਹੈ, ਇਹਦਾ ਅਜੀਬ ਜਿਹਾ ਇੱਕ ਸਾਫ਼ ਸੁਥਰਾ ਜਿਹਾ ਠੰਡੀ ਤਾਂ ਚਲੋ ਹੈ, ਇੱਕ ਅਜੀਬੋ ਗਰੀਬ ਇੱਕ ਜਿਵੇਂ ਕੋਈ ਸਾਫ਼ ਜਿਹਾ ਹਲਕਾ 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 ਮਿੱਠਾ ਜਿਹਾ ਜ਼ਾਇਕਾ ਆਇਆ, ਔਰ ਪਤਾ ਲੱਗਾ ਕਿ ਪਾਣੀ ਅੰਦਰ ਗਿਆ। ਇਹਦੇ 'ਚ ਥੋੜ੍ਹਾ ਜਿਹਾ ਜ਼ਾਇਕੇ ਦਾ ਵੀ ਥੋੜ੍ਹਾ ਨਾ ਚੇਂਜ ਹੈਗਾ, ਕਿਉਂਕਿ ਸਾਡਾ ਜਿਹਾ ਪਾਣੀ ਨਾ ਉਹ ਹਲਕਾ ਮਿੱਠਾ ਜਿਹਾ ਖਾਰਾ ਇਸਤੇਮਾਲ ਹੁੰਦਾ ਹੈਗਾ, ਇਹ ਬਿਲਕੁਲ ਪਾਣੀ 'ਚ ਨਾ ਹੈਗਾ, ਇਹਨੇ 'ਚ ਕੌੜਾ ਪਾਣੀ ਹੈਗਾ, ਇਹ ਪਾਣੀ ਦਾ ਜ਼ਾਇਕਾ ਵੀ ਅੱਛਾ ਮਿੱਠਾ ਹੈਗਾ, ਜਿਹੜਾ ਪਹਿਲੋਂ ਪਾਣੀ ਪੀਤਾ ਉਹਦਾ ਕੌੜਾ ਹੈਗਾ, ਇਹ ਪਾਣੀ ਇਹਦਾ ਮਤਲਬ ਫਿਰ ਠੀਕ ਹੈਗਾ ਉਹਦੇ ਨਾਲੋਂ। ਸਾਡੇ ਬੱਚਿਆਂ ਨੂੰ ਮੋਸ਼ਨ ਵਗੈਰਾ ਲੱਗ ਜਾਣ ਨਾ, ਅਤੇ ਅਸੀਂ ਉਹ ਨਲਕੇ ਦੇ ਪਾਣੀ ਨੂੰ ਉਬਾਲ ਕੇ ਨਾ ਦੇਸ਼ਕੀ ਦੇ ਵਿੱਚ ਅਤੇ ਠੰਡਾ ਕਰਕੇ ਰੱਖ ਕੇ ਫਿਰ ਉਹਨੂੰ ਪਿਆਉਂਦੇ ਹਾਂ, ਤਾਂ ਕਿ ਉਹਦੇ 'ਚ ਜਰਾਸੀਮ ਮਰ ਜਾਣ, ਉਹਦੇ ਜਰਾਸੀਮ ਇਹ ਜਰਾਸੀਮਾਂ ਤਾਂ ਪਾਕ ਹੈ, ਇਸ ਕਰਕੇ ਇਹ ਅੱਛਾ ਲੱਗ ਰਿਹਾ। ਜਨਾਬ ਦੇਖੋ ਨਾ ਉਹਨੇ ਬੋਤਲ ਦਾ ਡਿਜ਼ਾਇਨ ਜਿਹਾ ਚੇਂਜ ਬਦਲ ਜਿਹਾ ਦਿੱਤਾ, ਉਹਨੇ ਡਿਜ਼ਾਇਨ ਬਦਲ ਕੇ ਅਤੇ ਇਹ ਲੱਗਦਾ ਬੋਤਲਾਂ ਬੋਤਲਾਂ ਦੇ ਪੈਸੇ ਇਕੱਠੇ ਕਰਦੇ ਨੇ, ਪਾਣੀ ਦੇ ਮੋਹਤ ਹੀ ਨਲਕੇ 'ਚੋਂ ਭਰੀ ਜਾਂਦੇ ਨੇ। ਛੋਟੀ ਬੋਤਲ ਭਾਵੇਂ ਜੇ ਫਿਰ ਲਈ ਫਿਰੋ, ਇਹ ਵੀ ਉੱਥੇ ਵੀ ਪੀਂਦੇ ਨੇ ਲੋਕ ਬਾਹਰ ਦੇ ਅਮੀਰ ਲੋਕ। ਪੰਜਾਬ ਦਾ ਪਾਣੀ ਪੂਰੀ ਦੁਨੀਆ 'ਤੇ ਮਸ਼ਹੂਰ ਹੈ। ਇਹ ਕਿਹੜੀ ਬੋਤਲ ਹੈ ਜੀ? ਸਭ ਗੰਦਾ ਹੁੰਦੀ ਹੈ ਤਾਂ ਮਸ਼ਹੂਰ ਹੈ। ਪਹਿਲੇ ਜ਼ਮਾਨੇ 'ਚ ਲੋਕ ਨਹਿਰਾਂ ਦੇ ਪਾਣੀ ਪੀਂਦੇ ਸਨ ਜਨਾਬ, ਹੁਣ ਇਹ ਇਲੈਕਟ੍ਰੀਸ਼ਨਾਂ ਇਹ ਨਵੇਂ ਜਨਰੇਸ਼ਨ ਆਈ ਹੈ ਅਤੇ ਉਹਨਾਂ ਨੇ ਕਰ ਦਿੱਤਾ, ਲੇਕਿਨ ਉਹ ਜੋ ਦੇਸੀ ਬੰਦੇ ਨਹਿਰਾਂ ਦੇ ਪਾਣੀ ਪੀਂਦੇ ਸਨ ਨਾ, ਤਾਕਤਵਰ ਸਨ, ਘਸੁੰਨ ਮਾਰਦਾ ਸੀ ਬੰਦੇ, ਉਹ 3 ਫੁੱਟ ਦੂਰ ਜਾਂਦਾ ਸੀ। ਸਰ ਇਹ ਪਾਣੀ ਵੀ ਡਿਫਰੈਂਟ ਹੈਗਾ, ਇਹਦਾ ਵੀ ਜ਼ਾਇਕਾ ਕੁਛ ਹੋਰ ਹੈਗਾ, ਇਹਦਾ ਜਿਵੇਂ ਉਹ ਸਭ ਕੀ ਤੁਹਾਨੂੰ ਦੱਸੀਏ, ਪਾਣੀ ਤਾਂ ਹੈ ਲੇਕਿਨ ਇਹਦਾ ਜ਼ਾਇਕਾ ਕੋਈ ਐਸੀ ਕੋਈ ਜੇ ਅਸੀਂ ਸਬਜ਼ ਚੀਜ਼ ਨਹੀਂ ਖਾਂਦੇ ਅਤੇ ਸਬਜ਼ ਚੀਜ਼ ਦਾ ਇੱਕ ਜ਼ਾਇਕਾ ਜਾਂਦਾ, ਇਸ ਤਰ੍ਹਾਂ ਸੇ ਇਹਦਾ ਜ਼ਾਇਕਾ ਹੀ ਆ ਰਿਹਾ। ਉਹ ਜੀ ਦੋਨੋਂ ਪਾਣੀ ਮੈਂ ਪਹਿਲਾਂ ਪੀਤੇ ਨੇ, ਮੈਨੂੰ ਸਭ ਤੋਂ ਵਧੀਆ ਪਾਣੀ ਲੱਗਾ, ਪਤਾ ਨਹੀਂ ਪਹਿਲਾਂ ਪਾਣੀ ਪੀਤਾ ਉਹਦੀ ਵਜ੍ਹਾ ਨਾਲ ਮੂੰਹ ਕੌੜਾ ਕੌੜਾ ਹੋਇਆ, ਅੱਜ ਦੂਸਰਾ ਪਾਣੀ ਵੀ ਮੈਨੂੰ ਹਲਕਾ ਹਲਕਾ ਬਿਹਤਰ ਥੋੜ੍ਹਾ ਲੱਗਾ, ਲੇਕਿਨ ਇਹ ਬੜਾ ਅੱਛਾ ਲੱਗਾ, ਇਹ ਲੱਗਦਾ ਸਾਰਿਆਂ ਨੂੰ ਅੱਛਾ ਪਾਣੀ। ਇਹਦਾ ਡਕਾਰ ਮੈਨੂੰ ਕੋਕੋ ਕੋਲਾ ਵਰਗਾ ਆਇਆ, ਲੇਕਿਨ ਹੈ ਪਾਣੀ ਡਿਫਰੈਂਟ, ਉਹ ਪਾਣੀ ਅਤੇ ਇਹ ਪਾਣੀ ਜਨਾਬ ਬੜਾ ਫਰਕ ਹੈਗਾ।
ਕਿਉਂਕਿ ਸਾਡੇ ਪਾਣੀ ਦਾ ਮੁਖਤਲਿਫ ਜ਼ਾਇਕੇ ਨੇ, ਕੋਈ ਨਮਕੀਨ ਹੁੰਦਾ, ਕੋਈ ਖਾਰਾ ਜਿਹਾ ਹੁੰਦਾ, ਕਿਉਂਕਿ ਜ਼ਮੀਨ ਜਿਸ ਜਿਸ ਜ਼ਮੀਨ ਦੀ ਪੋਜੀਸ਼ਨ ਹੁੰਦੀ ਉਸ ਹਿਸਾਬ ਨਾਲ ਪਾਣੀ ਚੱਲਦਾ। ਅਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ, ਦੋਸਤਾਂ ਨੂੰ ਸ਼ੇਅਰ ਕਰੋ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਇਨਸ਼ਾਅੱਲਾ ਤਾਲਾ ਦੁਬਾਰਾ ਮਿਲਾਂਗੇ। ਅੱਲਾ ਹਾਫਿਜ਼।